ਦੇਖੋ ਬੜੇ ਹੈਰਾਨੀ ਦੀ ਗੱਲ ਵੀ ਹੈ, ਦੁੱਖ ਦੀ ਗੱਲ ਵੀ ਹੈ ਕਿ ਪਹਿਲੀ ਵਾਰੀ ਹੋਇਆ, ਸ਼ਾਇਦ ਦੇਸ਼ ਦੇ ਵਿੱਚ ਪਹਿਲੀ ਵਾਰ ਹੋਇਆ ਹੋਵੇ ਕਿ ਜਿਹੜੀ ਪਾਰਟੀ ਦਾ ਉਮੀਦਵਾਰ ਹੈ, ਜਿਹਨੂੰ ਪਾਰਟੀ ਨੇ ਖੁਦ ਟਿਕਟ ਦਿੱਤੀ ਹੈ, ਚੋਣ ਨਿਸ਼ਾਨ 'ਤੇ ਲੜ ਰਿਹਾ, ਉਹਦਾ ਹੀ ਪਾਰਟੀ ਵਿਰੋਧ ਕਰ ਰਹੀ ਹੈ ਅਤੇ ਪਾਰਟੀ ਦੇ ਪ੍ਰਧਾਨ ਵੱਲੋਂ ਹੁਕਮ ਹੋਇਆ ਵੀ ਉਹਦਾ ਵਿਰੋਧ ਕਰੋ ਅਤੇ ਦੂਸਰੀ ਪਾਰਟੀ ਦਾ ਸਮਰਥਨ ਕਰੋ। ਅਤੇ ਜਿਹੜੇ ਲੋਕ ਆਪਦੀ ਪਾਰਟੀ ਦਾ ਅੱਜ ਵਿਰੋਧ ਕਰ ਰਹੇ ਨੇ, ਉਹ ਕਿੱਥੋਂ ਪਾਰਟੀ ਦਾ ਭਲਾ ਸੋਚ ਸਕਦੇ ਆ, ਨਾ ਹੀ ਉਹਨਾਂ ਤੋਂ ਆਸ ਰੱਖਣਗੇ। ਇਹੀ ਗੱਲਾਂ ਅਸੀਂ ਕਰਕੇ ਇਹ ਮੁੱਦਾ ਚੱਕਿਆ ਸੀ ਵੀ ਕਿਉਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਲਏ ਗਏ ਸਾਰੇ ਤਕਰੀਬਨ 90% ਫੈਸਲੇ ਉਹ ਸਿਧਾਂਤਾਂ ਦੇ ਉਲਟ ਨੇ। ਅਤੇ ਆਹ ਵੀ ਦੇਖੋ ਸਾਹਮਣੇ ਆ ਗਈ ਵੀ ਇਹ ਜਿਹੜਾ ਫੈਸਲਾ ਇਹ ਵੀ ਸਿਧਾਂਤ ਦੇ ਉਲਟ ਹੈ। ਜਿਹੜੀ ਉਮੀਦਵਾਰ ਹੈ ਬੀਬੀ ਸੁਰਜੀਤ ਕੌਰ, ਉਹ ਬੜੀ ਇੱਕ ਪੰਥਕ ਪਰਿਵਾਰ ਨਾਲ, ਇੱਕ ਕੁਰਬਾਨੀ ਵਾਲੇ ਪਰਿਵਾਰ ਨਾਲ ਜੁੜੀ ਹੋਈ ਹੈ। ਉਹਨਾਂ ਦੇ ਪਰਿਵਾਰ ਨੇ ਕਈ ਸਾਲ ਜੇਲ੍ਹਾਂ ਕੱਟੀਆਂ, ਇੱਕ ਗਰੀਬ ਪਰਿਵਾਰ ਨਾਲ ਹੈਗੀ ਆ, ਉਹ ਗਰੀਬ ਪਰਿਵਾਰ ਤੋਂ। ਸੋ ਇਹ ਤਾਂ ਪਾਰਟੀ ਦੀ ਸਮਾਂ ਡਿਊਟੀ ਬਣਦੀ ਸੀ ਵੀ ਐਸੇ ਗਰੀਬ ਵਰਕਰ ਦੇ ਨਾਲ ਖੜਿਆ ਜਾਵੇ, ਪਰ ਇੱਥੇ ਗਰੀਬ ਵਰਕਰਾਂ ਲਈ ਕੋਈ ਥਾਂ ਨਹੀਂ, ਇੱਥੇ ਤਾਂ ਸਰਮਾਏਦਾਰਾਂ ਵਾਲੀ ਜਗ੍ਹਾ ਹੈਗੀ ਹੈ। ਅਤੇ ਗਰੀਬਾਂ ਨੂੰ ਤਾਂ ਇਹਨਾਂ ਨੇ ਵਿਚਾਰੇ ਨੇ, ਜੇ ਪਹਿਲੀ ਵਾਰ ਕਿਸੇ ਗਰੀਬ ਨੂੰ ਟਿਕਟ ਦਿੱਤੀ ਸੀ ਉਹਨੂੰ ਵੀ ਜਿਹੜਾ ਹੈ ਇਹਨਾਂ ਨੇ ਦਰਕਿਨਾਰ ਕਰਤਾ। ਸੋ ਪਰ ਅਸੀਂ ਇਹ ਫੈਸਲਾ ਕੀਤਾ ਕਿ ਜਿਹੜੇ ਸਾਡੇ ਸਾਥੀ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਅਸਤੀਫਾ ਦੇਣ ਲਈ ਕਿਹਾ, ਉਹ ਸਾਰੇ ਇਕੱਠੇ ਹੋ ਕੇ ਬੀਬੀ ਜੀ ਦੀ ਮਦਦ ਵੀ ਕਰਾਂਗੇ, ਆਰਥਿਕ ਮਦਦ ਵੀ ਕਰਾਂਗੇ, ਉਹਨਾਂ ਦੀ ਚੋਣ ਲਈ ਜੋ ਵੀ ਅਸੀਂ ਹੋ ਸਕੇਗਾ ਉਹ ਕਰਾਂਗੇ। ਪਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨਗੀ ਛੱਡ ਦਿੰਦੇ ਆ ਤਾਂ ਕਿਸ ਤਰ੍ਹਾਂ ਦਾ ਜਿਹੜਾ ਪ੍ਰਧਾਨ ਤੁਸੀਂ ਚਾਹੁੰਦੇ ਹੋ? ਦੇਖੋ ਅਸੀਂ ਚਾਹੁੰਦੇ ਹਾਂ ਕਿ ਐਸਾ ਕੋਈ ਵਿਅਕਤੀ ਅਕਾਲੀ ਦਲ ਦਾ ਪ੍ਰਧਾਨ ਹੋਵੇ ਜਿਹੜਾ ਸੰਗਤ ਨੂੰ ਪ੍ਰਵਾਨ ਹੋਵੇ, ਸਾਡੀ ਕੌਮ ਨੂੰ ਪ੍ਰਵਾਨ ਹੋਵੇ, ਜਿਹਦੀ ਚੰਗੀ ਦਿੱਖ ਹੋਵੇ। ਐਸਾ ਵਿਅਕਤੀ ਅੱਜ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਲੋੜ ਹੈ ਜੇ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ। ਲੱਗਦਾ ਵੀ ਪ੍ਰਧਾਨਗੀ ਛੱਡਣਗੇ ਸੁਖਬੀਰ ਸਿੰਘ ਬਾਦਲ ਜਿਸ ਤਰ੍ਹਾਂ ਤੁਹਾਡੇ ਦੇ ਅਲੱਗ? ਦੇਖੋ ਗੱਲ ਇਹ ਹੈ ਵੀ ਜਿਹੜੇ ਵੀ ਲੋਕਾਂ ਨੇ ਉਹਨਾਂ ਨਾਲ ਗੱਲ ਕੀਤੀ ਹੈ, ਉਹਨਾਂ ਸਾਰਿਆਂ ਨੂੰ ਉਹਨੇ ਇੱਕੋ ਗੱਲ ਕਹੀ ਹੈ ਵੀ ਚਾਹੇ ਮੇਰੇ ਨਾਲ ਕੋਈ ਨਾ ਰਹੇ, ਮੈਂ ਪ੍ਰਧਾਨਗੀ ਨਹੀਂ ਛੱਡਦਾ। ਸੋ ਉਹਨਾਂ ਦੀ ਸੋਚ ਤਾਂ ਬਿਲਕੁਲ ਕਲੀਅਰ ਹੀ ਹੈ ਇਸ ਗੱਲ ਤੋਂ। ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਵੱਡਾ ਮੁੱਦਾ ਮੁੱਖ ਮੰਤਰੀ ਵੱਲੋਂ ਚਲਾਇਆ ਗਿਆ, ਪਰ 24 ਘੰਟੇ 'ਚ 3 ਮੌਤਾਂ ਹੋਈਆਂ ਜਿਹਦੇ ਵਿੱਚ ਇੱਕ ਮੁਲਾਜ਼ਮ ਦੀ ਵੀ ਮੌਤ ਹੋਈ ਹੈਗੀ ਹੈ। ਦੇਖੋ ਨਸ਼ਾ ਅੱਜ ਬਹੁਤ ਗੰਭੀਰ ਸਮੱਸਿਆ ਪੰਜਾਬ ਦੀ, ਇਹਨੂੰ ਨੱਥ ਪਾਉਣਾ ਬਹੁਤ ਲਾਜ਼ਮੀ ਹੈ। ਜਿਹੜੀਆਂ ਦੋ ਚੀਜ਼ਾਂ ਅੱਜ ਜਿਨ੍ਹਾਂ 'ਤੇ ਸਰਕਾਰ ਨੂੰ, ਇੱਕ ਕ੍ਰਾਈਮ ਅਤੇ ਨਸ਼ਾ, ਇਹ ਦੋਨੇ ਚੀਜ਼ਾਂ ਜੁੜੀਆਂ ਹੋਈਆਂ ਵੀ ਆਪਸ 'ਚ। ਬਹੁਤ ਜਿਹੜੇ ਕ੍ਰਾਈਮ ਹੋ ਰਹੇ ਆ ਜਾਂ ਜੁਰਮ ਹੋ ਰਹੇ ਨੇ ਉਹ ਨਸ਼ੇ ਦੇ ਪ੍ਰਭਾਵ ਥੱਲੇ ਹੋ ਰਹੇ। ਜਿੰਨਾ ਚਿਰ ਸਰਕਾਰ ਨਸ਼ੇ ਨੂੰ ਕੰਟਰੋਲ ਨਹੀਂ ਕਰਦੀ, ਉਨਾ ਚਿਰ ਜਿਹੜਾ ਹੈ ਇਹ ਜਿਹੜਾ ਜੁਰਮ ਹੈ, ਜੋ ਚਾਹੇ ਲੁੱਟਾਂ ਖੋਹਾਂ ਨੇ ਹੋਰ ਹੈ, ਇਹਨੂੰ ਵੀ ਕੰਟਰੋਲ ਨਹੀਂ ਕੀਤਾ ਜਾ ਸਕਦਾ।